ਟ੍ਰਾਈਕਾਟ ਕਮਾਂਡੋ ਜੀਤਨੇ ਬਾਬਾਦ ਸੁਰਜੀਤ ਸਿੰਘ ਸਲਾਥੀਆ ਨੇ ਉਨ੍ਹਾਂ ਵਿਜੇਪੁਰ ਪਹੁੰਚਣੇ ਪਰ ਸਵਾਗਤ ਕੀਆ।
ਮੈਡਲ ਜਿੱਤ ਲਿਆ ਹੈ। ਔਰ ਪਾਪਾ ਦਾ ਕੀ ਕਹਿਣਾ ਹੈ? ਕਾਫੀ ਸਾਰੇ ਖੁਸ਼ ਹੈ, ਸਾਰੇ ਪਰਿਵਾਰ ਬੈਠੇ ਹੋਏ, ਸਾਰੇ ਖੁਸ਼। ਔਰ ਤੁਸੀਂ ਪਤਾ ਪਾਪਾ ਤੁਹਾਡੇ ਬੇਹਦ ਖੁਸ਼ ਹੁੰਦੇ ਨੇ ਜਿਸਲੇ ਵੀ ਕੋਈ ਗੱਲ ਹੁੰਦੀ ਹੈ, ਸਭ ਤੋਂ ਪਹਿਲਾਂ ਮੈਨੂੰ ਫੋਨ ਆਉਂਦਾ ਕਿ ਅਜੇ ਜੀ ਅਸੀਂ ਇੱਕ ਅਚੀਵਮੈਂਟ ਹੋਰ ਲੈ ਲਈ ਹੈ। ਔਰ ਔਰ ਉਹਦੇ ਕੋਲ ਵੱਧ ਖੁਸ਼ੀ ਮਿਲੀ ਹੁੰਦੀ ਹੈ ਕਿਉਂਕਿ ਮੈਂ ਗ੍ਰਾਂ ਗ੍ਰਾਂ ਫਿਰਨਾ, ਪੂਰੇ ਇਲਾਕੇ 'ਚ ਫਿਰਨਾ, ਔਰ ਜਿਹੜੇ ਤੁਹਾਡੇ ਨੇ ਨੌਜਵਾਨ ਸਾਡਾ ਜਿਹੜਾ ਸੀਨਾ ਫਖਰ ਕਰਨਾ ਚੋੜਾ ਕਰ ਦੇਣਾ, ਔਰ ਬੜੀ ਅੱਛੀ ਗੱਲ ਲੱਭੀ ਹੈ। ਅੱਜ ਇੱਕ ਵਾਰੀ ਹੋਰ ਮੈਂ ਤਾਂ ਤੁਹਾਡਾ ਇੰਟਰਵਿਊ ਲੈਣ ਦਾ ਸ਼ੁਕਰੀਆ। ਜਿੰਨੇ ਵੀ ਮੇਰੇ ਗ੍ਰਾਂ ਦੇ ਮੇਰੇ ਰਿਸ਼ਤੇਦਾਰ, ਮੇਰੇ ਦੋਸਤ ਜਿੰਨੇ ਵੀ ਯਾਦ ਨਾਲ, ਸਾਰਿਆਂ ਦਾ ਸ਼ੁਕਰੀਆ। ਔਰ ਅੱਜ ਮੈਂ ਦੇਖਣਾ, ਮੈਂ ਸਟਾਰਟਿੰਗ ਇਹ ਗੱਲ ਬੋਲੀ, ਹਾਰ ਦਿਖੀ ਹੈ, ਇੰਨੀਆਂ ਦਿਖੀ ਹੈ, ਇੰਨੀਆਂ ਮਾਹੌਲ ਬੜਾ ਕਿ ਜਾਗਤ ਆ ਨਾ, ਇੱਕ ਘੋੜੀ ਦੀ ਕਮੀ ਹੈ ਅਤੇ ਜਾਗਤ ਇੱਥੋਂ ਭੇਜੀ ਹੁੰਦੇ ਆ ਵਿਆਹਣੇ ਹੈ ਨਾ। ਸਾਰੇ ਕੋਸ਼ਿਸ਼ ਸਾਡੀ ਇਹ ਹੈ ਕਿ ਬੇਟਾ ਮੇਰਾ ਜਿੰਨੇ ਮੈਡਲ ਲਾਏ ਇੰਨਾ ਅੱਛਾ, ਮੈਂ ਚਾਹੇ ਮੈਨੂੰ ਕੁਛ ਵੀ ਕਰਨਾ ਪਊ, ਓਲੰਪਿਕ ਤੱਕ ਪਹੁੰਚਾਉਣਾ। ਜ਼ਿਲ੍ਹਾ ਸਾਂਬਾ ਦਾ, ਸਾਡੇ ਗ੍ਰਾਂ ਦਾ, ਸਾਡੀ ਕੰਢੀ ਬੈਠ ਦਾ, ਪੂਰੇ ਜੰਮੂ ਕਸ਼ਮੀਰ ਦਾ ਨਾਂ ਰੋਸ਼ਨ ਕੀਤਾ। ਔਰ ਦੋਸਤੋ ਤੁਸੀਂ ਦੇਖਾ ਦਿਓ, ਨੈਚੁਰਲ ਜੀ ਗੱਲ ਹੈ ਕਿ ਬਾਬੂ ਕੋਈ ਦੇ ਦੇਣਾ ਮਾਤਾ ਪਿਤਾ, ਔਰ ਇਹ ਖੁਸ਼ੀ ਦੇ ਆਸੂ ਨੇ, ਖੁਸ਼ੀ ਦਾ ਮੌਕਾ, ਇਹ ਖੁਸ਼ੀ ਦੇ ਮੌਕਾ ਹੈ ਔਰ ਖੁਸ਼ੀ ਦੇ ਆਸੂ ਨੇ। ਔਰ ਅਗਰ ਅੱਜ ਇਸ ਬੱਚੇ ਨੇ, ਇਹ ਸਿਰਫ ਮਾਤਾ ਪਿਤਾ ਦਾ ਹਾਲ ਨਹੀਂ ਹੈ, ਇੱਥੇ ਜਿੰਨੇ ਬੰਦੇ ਖੜੋਤੇ ਨੇ, ਇੱਥੇ ਜਿੰਨੇ ਵੀ ਮਾਤਾ ਖੜੋਤੀਆਂ ਇਹਦੇ ਰਿਸ਼ਤੇ